स्वागत है जी ब्लॉग ਤੇ ਬਾਕੀ ਬਾਈ ਜੀ ਤੁਹਾਨੂੰ ਦਿਖਾਉਣਾ ਤੇ ਕਣਕ ਬੀਜਦੇ ਤੇ ਪਿੱਛੇ ਵਾਲੇ ਵਲੌਗ ਚ ਆਪਾਂ ਨੇ ਕਿਹਾ ਤਾਂ ਤੇ ਇੱਧਰ ਖੇਤ ਬਾਏ ਵੇ ਆ ਬਾਈ ਇਹਨਾਂ ਨੇ ਡਲਿਆਂ ਵਾਲੇ ਟਰੈਕਟਰ ਚੱਲਦਾ ਦਿਖਾਉਣਾ ਜਿਵੇਂ ਦਰ ਬਗੈਰ ਟਾਇਰਾਂ ਤੇ ਆ ਉਹ ਜਿਹੜੇ ਆਪਾਂ ਬੈਠ ਨਹੀਂ ਕਸੇ ਕਰਦੇ ਕੱਦੂ ਚ ਉਹ ਸਿਸਟਮ ਕਰਿਆ ਵਾ ਭੱਜਦਾ ਫਿਰਦਾ ਖੇਤ ਚ ਡਲੇ ਭਾਂਦਾ ਬਾਈ ਤੁਹਾਨੂੰ ਦਿਖਾਉਣਾ ਵਾ ਵੀਡੀਓ ਹਟਾ ਲਈਏ ਨਾ ਟਰੈਕਟਰ ਚਲਾਉਂਦਾ ਤੇ ਉਹ ਬਈ ਇਹਨਾਂ ਕਣਾ ਡਲੇ ਪਏ ਆ ਇਹ ਵੀ ਦਿਖਾਉਂਦਾ ਤੁਹਾਨੂੰ ਬੈਕ ਕੈਮਰੇ ਨਾਲ ਦਿਖਾਉਂਦਾ ਜਿੱਦਾਂ ਬਈ ਆ ਡਲੇ ਪਏ ਆ ਨਾ ਟਰੈਕਟਰ ਨੂੰ ਬੈਲਡ ਪਾਏ ਵੇ ਆ ਤੇ ਉਧਰ ਹੇਠਾਂ ਚਲੇਗਾ ਟਰੈਕਟਰ ਉਹ ਦੂਰ ਚਲੇਗਾ ਥੋੜਾ ਜਿਹਾ ਆਪਾਂ ਦੇ ਹੋਰ ਉਹ ਚੱਲਦਾ ਤੇ ਉਂਗਲੀ ਦੀ ਸੇਜ ਚ ਦੇਖਿਓ ਉੱਥੇ ਚੱਲਦਾ ਉਹ ਤੇ ਉਹਨੂੰ ਬੈਡ ਪਾਏ ਵੇ ਆ ਤੇ ਪਿੱਛੇ ਬਈ ਲੋਹੇ ਦੇ ਡਰਮ ਜੇ ਤੇ ਉਹ ਨਾ ਇਹਨਾਂ ਡਲਿਆਂ ਤੇ ਚੱਲਦਾ ਜਦ ਉਹ ਭਾਂਦਾ ਪਿੱਛੇ ਲੋਹੇ ਦੇ ਆ ਡਰਮ ਜੇ ਵਜਨ ਵੇਟ ਵਾਲੇ ਰੋਲੇ ਜੇ ਤੇ ਉਹਦੇ ਨਾਲ ਇਹ ਡਲੇ ਭਾਂਦਾ ਤੇ ਦੂਆ ਟਰੈਕਟਰ ਇਹਨਾਂ ਦਾ ਇੱਧਰ ਇੱਕ ਬੀਜਣ ਲੱਗੇ ਵੇ ਕਣਕ ਬੀਜਦੇ ਆ ਪਤਾ ਨਹੀਂ ਕਿਆ ਸਿਸਟਮ ਆ ਰੂਟਾਵੀਟਰ ਸਾਰਾ ਕੁਛ ਆ ਉਹਦੇ 'ਚ ਲੱਗਿਆ ਵਾ ਜਾਣੀ ਉੱਚੇ ਮਸ਼ੀਨ ਮਸ਼ੀਨ ਕਣਕ ਬੀਜਣ ਵਾਲੀ ਉਹ ਵੀ ਤੁਹਾਨੂੰ ਮੈਂ ਦਿਖਾਉਂਦਾ ਤੇ ਆਹ ਖਾੜਾ ਛੱਡਿਆ ਵਾ ਬਾਈ ਇਹਨਾਂ ਨੇ ਪਾਣੀ ਨੂੰ ਪੱਕੇ ਆ ਬਾਈ ਖਾੜੇ ਸਾਰੀ ਜ਼ਮੀਨ ਦੇ ਆਲੇ ਦੁਆਲੇ ਘੁੰਮਦੇ ਆ ਤੇ ਉਹ ਆ ਗਿਆ ਬਾਈ ਟਰੈਕਟਰ ਉਹ ਦੇਖੋ ਬਗੈਰ ਟਾਇਰਾਂ ਤੇ ਆ ਉਹ ਬੈਡ ਜੇ ਪਾਏ ਵੇ ਉਹਨੂੰ ਕੱਦੂ ਕਰਨੇ ਵਾਲੇ ਚੱਕਣਾ ਤੇ ਬਾਕੀ ਇਹਨਾਂ ਨੇ ਖੂੰਜੇ ਖਾਂਜੇ ਲਏ ਵੀ ਨਹੀਂ ਆਪਣੇ ਤਾਂ ਐਨ ਖੂੰਜੇ ਖਾਂਜੇ ਬਣਾ ਦਿੰਦੇ ਆ ਇਹਨਾਂ ਨੇ ਖੂੰਜੇ ਖਾਂਜੇ ਐਵੇਂ ਛੱਡੇ ਵੇ ਪਲਾਓ ਮਾਰੇ ਵੇ ਇਹ ਤੇ ਇੱਧਰ ਆ ਬਾਈ ਇਹਨਾਂ ਨੇ ਪਤਾ ਨਹੀਂ ਕਿਆ ਕਣਕ ਬੀਜੀ ਵੀ ਆ ਦੇਖਦਾ ਪੱਟ ਕੇ ਕਿਆ ਬੀਜਿਆ ਵੇ ਇਹਨਾਂ ਨੇ ਪਰ ਨਹੀਂ ਉਰੇ ਬਾਈ ਉਰੇ ਇਹ ਖੇਤ ਨਹੀਂ ਤੇ ਅਗਲੇ ਚ ਬੀਜੀ ਵੀ ਆ ਇਹਦੇ ਚ ਤਾਂ ਉਹੀ ਟਰੈਕਟਰ ਘੁਮਾਇਆ ਵਾ ਇਹਨਾਂ ਨੇ ਜਿਹੜਾ ਬੇੜਾ ਵਾਲਾ ਮੈਂ ਕਹਿੰਦਾ ਇਹਦੇ ਚ ਤਾਂ ਦਾਣਾ ਦੂਣਾ ਕੋਈ ਨੀ ਪਿਆ ਇਹਦੇ ਚ ਆ ਬਾਈ ਬੇੜਾ ਵਾਲਾ ਟਰੈਕਟਰ ਜਿਹੜਾ ਪਾਇਆ ਵਾ ਆਹ ਟਾਇਰ ਆ ਬੇੜਾ ਵਾਲੇ ਤੇ ਆ ਗੱਬੇ ਤਵੀਆਂ ਜਾਂ ਡਲਾ ਬਰੀਕ ਕਰਿਆ ਵਾ ਇਹਦੇ ਚ ਘੁਮਾਇਆ ਵਾ ਟਰੈਕਟਰ ਉਹ ਤੇ ਜਿਹੜੀ ਕਣਕ ਬੀਜੀ ਵੀ ਉਹ ਤੁਹਾਨੂੰ ਮੈਂ ਗਾਹਾਂ ਵਾਲੇ ਖੇਤ ਚ ਦਿਖਾਉਂਦਾ ਉੱਥੇ ਟਰੈਕਟਰ ਵੀ ਚੱਲਦਾ ਉਹਨਾਂ ਦਾ ਦੂਆ ਬੜਾ ਉਹ ਵੀ ਦਿਖਾਉਂਦਾ ਕਣਕ ਵਾਲੇ ਖੇਤ 'ਚ ਚੱਲਦੇ ਅਤੇ ਬਾਈ ਆਹ ਇਹ ਪਾਣੀ ਆਉਂਦਾ ਖੇਤਾਂ ਲਾਉਣ ਵਾਸਤੇ ਇੱਧਰ ਦੇ ਅਤੇ ਆਹ ਪੁਲੀ ਪਰ ਖੜ੍ਹਾ ਮੈਂ ਅਤੇ ਇੱਥੇ ਤਾਂ ਅੱਧਾ ਇੱਧਰ ਨੂੰ ਜਾਂਦਾ ਅਤੇ ਇਹਨੂੰ ਖਾਲਾਂ ਨੂੰ ਪੂਰੇ ਇਹਨਾਂ ਡਿਵਾਈਡ ਕਰਿਆ ਵਾ ਪਾਣੀ ਪੱਕੀਆਂ ਖਾਲਾਂ ਬਾਈ ਇਹਨਾਂ 'ਚੋਂ ਚੱਕ ਕੇ ਨਾ ਟਰੈਕਟਰ ਦੇ ਨਾਲ ਜਿੱਕਣਾ ਆਪਾਂ ਅਸੀਂ ਟੋਭੇ ਇੰਜਣ ਲਾਏ ਕਰਦੇ ਤੇ ਹਜ਼ਵੀਰ ਪਾਣੀ ਲਾਏ ਕਰਦੇ ਤੇ ਉਹ ਸਿਸਟਮ ਆ ਫਿਰ ਟਰੈਕਟਰ ਖੜਾ ਦਿੰਦੇ ਪੱਖਾ ਲਾ ਕੇ ਇਹ ਪਾਣੀ ਚੱਕਦੇ ਆ ਬਾਕੀ ਦਿਖਾਉਂਦਾ ਉਹਨਾਂ ਨੂੰ ਕਹਾ ਜਾ ਕੇ ਇਹ ਖਾਲਾਂ 'ਚ ਉੱਦਾਂ ਪਾਣੀ ਪੱਖਾ ਲਾ ਕੇ ਲਾਉਂਦੇ ਆ ਖੇਤਾਂ ਨੂੰ ਇਹਨਾਂ ਦੇ ਸੁਸਾਇਟੀਆਂ ਬਣੀਆਂ ਹੋਈਆਂ ਪਿੱਛੇ ਬਲਾਕ 'ਚ ਵੀ ਦੱਸਿਆ ਦਾ ਅਤੇ ਉਹ ਸੁਸਾਇਟੀਆਂ ਮੁਤਾਬਕ ਇਹਨਾਂ ਨੂੰ ਘੰਟਿਆਂ ਪਰ ਪਾਣੀ ਮਿਲਦਾ ਅਤੇ ਉਹਦਾ ਇਹ ਬਿਲਤਾਰ ਦੇ ਜੋ ਹੁੰਦਾ ਬਾਕੀ ਤੁਹਾਨੂੰ ਕਣਕ ਬੀਜੀ ਵੀ ਦਿਖਾਉਂਦਾ ਅਤੇ ਆਹ ਮੈਂ ਸੜਕ 'ਤੇ ਗੈਲ ਗੈਲ ਜਾਂਦਾ ਮੈਨੂੰ ਇਟਾਲੀਅਨ ਹਲੇ ਬੋਲਣੀ ਨਹੀਂ ਆਉਂਦੀ ਅਤੇ ਮੈਂ ਕਿਹਾ ਚਲੋ ਅਗਲੇ ਕਾਹਦੂ ਖੇਤ 'ਚ ਵੱਡਾ ਕੋਈ ਵਾਧਾ ਹੋਇਆ ਕਰੋ ਭਾਅ ਜੀ ਅਗਲੇ ਵਾਲਾ ਕੰਮ ਹਲੇ ਬੋਲਣੀ ਨਹੀਂ ਆਉਂਦੀ ਮਗਰ ਤਾਂ ਇਹਨਾਂ ਨੇ ਕਹਿ ਦੇਣਾ ਬਾਕੀ ਹਲੇ ਮੈਨੂੰ ਜਵਾਬ ਵੀ ਨਹੀਂ ਦੇਣਾ ਆਉਂਦਾ ਉਹਦੇ ਕਰਕੇ ਆਪਾਂ ਆਪਣਾ ਸਾਈਡ ਭਰੇ ਹਾਂ ਬਾਕੀ ਉਹ ਚੱਲਦਾ ਟਰੈਕਟਰ ਇਹਨਾਂ ਦਾ ਉਹ ਦਿਖਾਉਂਦਾ ਤੁਹਾਨੂੰ ਆ ਗਿਆ ਬਾਈ ਟਰੈਕਟਰ ਅਤੇ ਇਹਦੇ ਮੂਹਰੇ ਆ ਟੈਂਕਰ ਜਿਹਾ ਇੱਕ ਅਤੇ ਪਿੱਛੇ ਪ੍ਰੈਸ਼ਰ ਨਾਲ ਦਾਣੇ ਜੇ ਭੇਜਦਾ ਇਹ ਪਿੱਛੇ ਇਹਦੇ ਰੂਟਾਵੀਟਰ ਆ ਅਤੇ ਪਿੱਛੇ ਤਵੀਆਂ ਹੈ ਅਤੇ ਇਹਦੇ ਪਿੱਛੇ ਮੈਨੂੰ ਲੱਗਦਾ ਗਿਰਦਾ ਕੁਛ ਬੀਜ ਬਾਕੀ ਟਰੈਕਟਰ ਦੇਖ ਲਓ ਕਿੱਡਾ ਅਤੇ ਇਹਦੇ ਵਿੱਚ ਬੀਜ ਆ ਬਾਈ ਮੂਹਰੇ ਟੈਂਕੀ ਜੀ
टैंकी दे विच बीज आ ते पिछे पैप राही जांदा जिहड़ा साइड पर पैप लग्या वा ते रूटावीटर चलदा आ आहा ते उहदे पिछे तवियां आ ते उहदे पिछे बीज आ गिरदा पैपां राही उपर पैपां दा जगाड़ जिहा बणिया वा सारा ते हुण बीज दे पता नहीं क्या है जे इटालियन आउंदी हुंदी तां जाके गल कर लैणी सी हॉलैंड का ट्रैक्टर आ भाई पहला ट्रैक्टर देखा मैं हॉलैंड का नहीं जॉन्डियर ज्यादा तो वह आ गया जॉन्डियर बाकी देखते इन पट के देखता भी क्या बीजे वा तो वह जॉन्डियर आ गया लगे हुए मन लगता कणके बीज का जेडे हिसाब से कणक का ही सीजन उनके पिछे रूटावेटर वगू उपर ड्रिल लगी हुई है उसके उपर ड्रिल लगी हुई है ये मूहे टैंकी जी है बाकी देखते क्या बीजते हैं खुला ही आ भाई सारा एरिया जी सवेरे लंघे जब बीजन लगे हुए हैं जॉन्डियर का तुरा ज्यादा वा जी तो वह मतलब का फांट भी छोटी नहीं आता जॉन्डियर उसके ये फांट ज्यादा बड़ी ले आता हॉलैंड जिन्होंने पैपा ही बहुत लगे हुई प्रैशर आई प्रैशर वाली जो दाणा दूणा चक के मतलब लगता प्रैशर न चक के बीज दाणा बीज दिया जिदा अपने नवी मशीन आईया होंगे वो रूटावेटर मंगूंगा जो रूटावेटर पर मशीन लगी हुई होंगी बाकी जब इन्होंने फाट इधर लाउन जाना फिर जाके पट के देखूंगे कि क्या बीजा वा इन्होंने जॉन्डियर के नाल छोटी मशीन फाट छेती ला देना हॉलैंड हौली हौली तुरद मशीन बड़ी है जॉन्डियर का तोरा ज्यादा हॉलैंड का तोरा थोड़ा जा घट है उधर रूटावेटर मंगो टायर जा लग्या वा इधर भाई दाणे वो दिखता होना सानू पिछे जिहड़ा मशीन नू घुमाउंदा है वो टायर दे नाले दाणा फेरदा ते प्रेशर नाल दाणा पूरे रूटावेटर चलदा भाई पिछे तवियां है डबल उत्ते गब्बे भी एक फाड़िया जा मंगू ते पिछे तवियां है उत्ते पिछे दाणा गेरदी वो देखो कितना फर्क पा गया कट्ठे चोरे से मशीन छोटी है हाँ देखो पैपा कि लगे हुई खेती वाला काम इन्हों का ही है भाई जो हिसाब में संद का पर इन्हों का झाड़ झूड़ नहीं इन्ना आता पूरे कणक का निकाल घट आ अपने कोई कण से ज्यादा निकल गई जिन्ना अपने सुने कोई रोड पर खड़े थे तो कहाँ गए तरा तोरे इधर देख रहे क्या बीजा इन्होंने पट के खड़े लो जी भाई उरे बीजे वे इन्होंने लगती तो कणक आ बाकी देख दे पट के
खान के भी जी है भाई। ते दाना बहुत मोटा है, इन्होंने भी दवाई तो लाई भी है लाल जी, बीज नू लगी भी आउंदी हुणी। ते कणक बीजदे आ भाई, इह लगदा तां मैनू भी आउंदा पहले भी कणक बीजण लगे हुए आ। ते इन्हां दे भाई खेत ज्यादा पद्धरे नहीं हैगे, ढाला इन्होंने। ते आ देखो खुंजा किन्ना ऊंचा है, इधर वाला, इधर वाला 10 फुट डाउन होना घट्टो घट, उधर इन्नी अतराई जी है। कणक बीजी है भाई इन्होंने, गिल गुल बथेरी मीह पैंदे हो गए, गिल बथेरी आ ते कणक बीजती। बाकी एक होर आ भाई, ये खुंजे खांजे नहीं लाउंदे, वाही जा मशीन नाल जिहड़ा बीज हो गया बीज हो गया। ते कणक दा भाई दाणा भी मोटा आपणे नाल, ते आ देखो बाहर गिरी दाणा थोड़ा जिहा मोटा आपणे नाल, ते कणक बीज रहे हैं। ते इधर आ सिरे पर सारे ही दाने गिरे हुए इन्हां ने, बाकी उकना खुंजे खांजे नहीं गुड़दे, अपने का खुंजे खांजे गुड के एन बना दें। इन्होंने कणक बीजी भी है, सुटो आ गया ट्रैक्टर साउंड गया। क्या चूहा जहा छड्या वा इन्होंने, क्या बूटी जी भाई अपने भी है इन्हां दे भी हैगी। सारे पासे जी खेतां दे आले दुआले घुमाया वा भाई सूआ जहा इन्हां ने आले दुआले। बाकी पहला मीह मूह पैंदे ते हुण मौसम वधिया, टक देखो भाई खुला किड्डा, मैं कहिंदा घट्टो घट 35-40 किलिआं दा होणा उह परां नूं, परा नूं बहुत आ लंबा। ਉਹ ਚੱਲਦਾ ਬਾਈ ਟਰੈਕਟਰ, ਉਹ ਬਿਨਾਂ ਟਾਇਰਾਂ ਵਾਲਾ ਜਿਹੜਾ। ਕਣਕ ਬੀਜਤੀ ਬਸ ਇਹਨਾਂ ਨੇ ਬਾਈ, ਨਿਬੜ ਗਿਆ ਕੰਮ। ਮੈਂ ਉਹ ਰੂਟਾਵੀਟਰ ਨਾਲ ਜਿਹੜੇ ਖੁੰਜੇ ਜਿਹੇ ਲਏ, ਹੁਣ ਆਹ ਦੇਖੋ ਬਾਈ ਕਿੰਨਾ ਉੱਚਾ ਡੌਲ, ਤੇ ਆਹ ਨੀਵਾਂ ਹੈ, ਐਂ ਬੀਜੀ ਜਾਂਦੇ ਆ, ਪੱਧਰਾ ਪੁੱਧਰਾ ਨੀ ਕਰਦੇ। ਬਾਕੀ ਇਹਨਾਂ ਨੂੰ ਐਂ ਵੀ ਉਰੇ ਕਿਹੜੇ ਜੀਰੀ ਲਾਉਣੀ ਆ, ਬਾਕੀ ਉਰੇ ਹੁਣ ਬਰਫ਼ ਨਾਲ ਢੱਕ ਹੋ ਜਾਣੀ ਇਹ, ਪਤਾ ਨਹੀਂ ਉਹਦੇ ਕਰਕੇ ਹੀ ਢਾਲੇ ਹੋਈ ਹੈ ਖੇਤ ਰੱਖੇ ਹੋਏ ਇਹਨਾਂ ਨੇ। ਇਹ ਸਾਰੀ ਕਣਕ ਬਰਫ਼ ਨਾਲ ਹੁਣ ਢੱਕ ਹੋ ਜਾਣੀ, ਅਤੇ ਪਾਣੀ ਉਹਦਾ ਜਾਂ ਖੁਰਨੀ ਹੌਲੀ ਹੌਲੀ ਇੱਧਰ ਨਿਕਲੀ ਜਾਣਾ ਸੂਆਂ ਜਾਂ ਇਸ ਨੂੰ, ਪਤਾ ਨਹੀਂ ਉਹਦੇ ਕਰਕੇ ਹੀ ਢਾਲੂ ਜੇ ਰੱਖੇ ਹੋਏ ਆ ਵੀ ਪਾਣੀ ਪੂਣੀ ਨਿਕਲਦਾ ਰਹੇ। ਬਾਕੀ ਹੁਣ ਜਦ ਕਣਕ ਨਿਕਲੇ ਆ ਜੀ ਜੰਮੇ, ਅਤੇ ਬਣਾਉਂਗੇ ਬਲੌਕ ਇੱਕ, ਬਾਹਰ ਆ ਗਈ ਤਾਂ ਜਦ ਬਣਾਉਂਗੇ। ਬਾਕੀ ਚੱਲਦੇ ਹਾਂ ਜੀ, ਚਲੋ ਠੀਕ ਹੈ ਜੀ, ਮਿਲਦੇ ਹਾਂ ਕਿਸੇ ਅਗਲੇ ਵਲੌਗ 'ਚ। ਸਤਿ ਸ਼੍ਰੀ ਅਕਾਲ ਜੀ।